ਤੇ ਐਸਟੀਐਫ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਨਾਕਾਬੰਦੀ ਕੀਤੀ ਗਈ ਸੀ ਕਿ ਇਹ ਸਮਗਲਰ ਜਿਹੜਾ ਵਾ ਜਿਹੜਾ ਸਮਗਲਿੰਗ ਕਰਦਾ ਜਿਹੜਾ ਹੈਰਨਸੀ ਕੀ ਲੈ ਕੇ ਆ ਰਿਹਾ ਸੀਗਾ ਤਾਂ ਪੁਝਾਈ ਜਾਂਦੀ ਆ ਐਸਟੀਐਫ ਵੱਲੋਂ ਜਮਗਰ ਜਿਹੜਾ ਵਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਥੋੜੀ ਦੂਰ ਜਾ ਕੇ ਜਿਹੜੀ ਆ ਖੇਤਾਂ ਵਿੱਚ ਜਾ ਕੇ ਜਿਹੜੀ ਗੱਡੀ ਪਲਟ ਜਾਂਦੀ ਆ ਤੁਹਾਨੂੰ ਦਿਖਾ ਰਹੇ ਹਾਂ ਉਸਕੇ ਇੱਕ ਟਾਲੀ ਦਾ ਪੇੜਾ ਟਾਲੀ ਦੇ ਪੇੜ ਦੇ ਵਿੱਚ ਵੱਜਦੀ ਹੈ ਤੁਹਾਨੂੰ ਦਿਖਾ ਰਹੇ ਨੇ ਸਾਡੇ ਸਹਿਯੋਗੀ ਕੈਮਰਾਮੈਨ ਗੇ ਟਾਲੀ ਦੇ ਪੇੜ ਵਿੱਚ ਵੱਜਣ ਤੋਂ ਬਾਅਦ ਚ ਜਿਹੜੀ ਗੱਡੀ ਆ ਉਹ ਖੇਤਾਂ ਵਿੱਚ ਜਾ ਕੇ ਪਲਟ ਜਾਂਦੀ ਹੈ ਜਿਹੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਨਾਲ ਜੇ ਗੱਲ ਕਰੀਏ ਤੇ ਕਰੋੜਾਂ ਰੁਪਏ ਦੀ ਜਿਹੜੀ ਫੈਰੋਨ ਵੀ ਬਰਾਮਦ ਕੀਤੀ ਆ ਸ਼ਸ਼ਕਾਲ ਪ੍ਰਾਈਮੋ ਦੇ ਵਿਖਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕਾ ਜ ਅਸੀਂ ਮੌਜੂਦ ਹਾਂ ਸਰਦੀ ਤਸੀਲਾਈ ਨਾਲਾ ਦੇ ਪਿੰਡ ਪੂੰਗਾ ਵਿੱਚ ਜਿੱਥੇ ਕਿ ਅੱਜ ਗੱਲ ਕਰੀ ਤੇ ਐਸਟੀਐਫ ਨੂੰ ਵੱਡੀ ਕਾਮਯਾਬੀ ਮਿਲੀ ਆ ਜੇ ਅੱਜ ਗੱਲ ਕਰੀ ਤੇ ਐਸਟੀਐਫ ਵੱਲੋਂ ਇੱਕ ਗੱਲ ਲਈ ਤੇ ਸਮਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਕਰੋੜਾਂ ਰੁਪਏ ਦੀ ਹੈਰੋਨਮੀ ਜਿਹੜੀ ਬਰਾਮਦ ਕੀਤੀ ਗਈ ਆ ਉਸ ਦੇ ਨਾਲ ਚੱਲਦੇ ਆ ਐਸਟੀਐਫ ਨੇ ਕਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਅਸੀਂ ਉਸ ਉਸ ਜਗ੍ਹਾ ਤੇ ਉਸ ਸਪੋਰਟ ਤੇ ਮੌਜੂਦ ਆ ਜਿੱਥੇ ਕਿ ਅੱਜ ਜਿਹੜਾ ਵਾ ਐਸਟੀਐਫ ਵੱਲੋਂ ਰੇਡ ਕੀਤੀ ਗਈ ਸਾਡੇ ਸਹੂਜਗੀ ਦਿਖਾਉਣਗੇ ਕਿ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਕਿ ਇਹ ਸਮਗਲਰ ਜਿਹੜਾ ਵਾ ਜਿਹੜਾ ਸਮਗਲਿੰਗ ਕਰਦਾ ਜਿਹੜਾ ਹੈਰਨਸੀ ਕੀ ਲੈ ਕੇ ਆ ਰਿਹਾ ਸੀਗਾ ਤਾਂ ਉਸ ਨੂੰ ਜਦੋਂ ਡਕਿਆਰ ਤਾਂ ਉਸ ਸਮਗਲਰ ਵੱਲੋਂ ਜਿਹੜਾ ਵਾ ਐਸਟੀਫ ਉੱਪਰ ਐਸਟੀਫ ਦੀ ਜਿਹੜੀ ਗੱਡੀ ਸੀਗੀ ਉਸ ਨੂੰ ਆਪਣੀ ਗੱਡੀ ਠੋਕ ਕੇ ਤੇ ਨਾਲ ਹੀ ਪੁਲਿਸ ਉੱਤੇ ਜਿਹੜੀ ਐਸਟੀਫ ਉੱਤੇ ਜਿਹੜੀ ਇੱਕ ਫਾਇਰਿੰਗ ਕਰ ਦਿੱਤੀ ਤੇ ਐਸਟੀਫ ਵੱਲੋਂ ਜਿਹੜੀ ਆ ਉਹਨਾਂ ਦਾ ਮਗਰ ਪਿੱਛਾ ਕੀਤਾ ਗਿਆ ਫਿਰ ਇਹਨਾਂ ਵੱਲੋਂ ਜਿਹੜੀ ਆ ਜਿਹੜੇ ਦੋਸ਼ੀ ਵੱਲੋਂ ਜਿਹੜੀ ਆ ਲਗਾਤਾਰ ਗੱਡੀ ਸਮਗਲਰ ਵੱਲੋਂ ਭਜਾਈ ਗਈ ਤਾਂ ਭਜਾਉਣ ਤੋਂ ਬਾਅਦ ਥੋੜੀ ਦੂਰ ਜਾ ਕੇ ਫਿਰ ਐਸਟੀਫ ਨੇ ਪਿੱਛੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਤਾਂ ਫਾਇਰਿੰ ਗੋਲੀ ਲੱਗ ਜਾਂਦੀ ਆ i20 ਗੱਡੀ ਆ ਉਹਦੀ ਟਾਇਰ ਚ ਗੋਲੀ ਲੱਗ ਜਾਂਦੀ ਆ ਤਾਂ ਥੋੜੀ ਦੂਰ ਫਿਰ 1 ਕਿਲੋਮੀਟਰ ਦੀ ਲਗਾਤਾਰ ਗੱਡੀ ਭਜਾਈ ਜਾਂਦੀ ਆ ਐਸਟੀਫ ਨੂੰ ਜ ਮਗਰ ਜਿਹੜਾ ਵਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਥੋੜੀ ਦੂਰ ਜਾ ਕੇ ਜਿਹੜੀ ਆ ਖੇਤਾਂ ਵਿੱਚ ਜਾ ਕੇ ਜਿਹੜੀ ਗੱਡੀ ਪਲਟ ਜਾਂਦੀ ਆ ਤੁਹਾਨੂੰ ਦਿਖਾ ਰਹੇ ਆ ਉਸਕੇ ਉਹ ਜਿਹੜੀ ਗੱਡੀ ਆ ਇੱਕ ਹੈ ਦਰਖਤ ਦਾ ਇੱਕ ਪਹਿਲਾ ਜਿਹੜੀ ਆ ਧਰੇਕ ਦੇ ਵਿੱਚ ਵੱਜਦੀ ਆ ਫਿਰ ਇੱਕ ਟਾਲੀ ਦਾ ਪੇੜਾ ਟਾਲੀ ਦੇ ਪੇੜ ਦੇ ਵਿੱਚ ਵੱਜਦੀ ਆ ਤੁਹਾਨੂੰ ਦਿਖਾ ਰਹੇ ਨੇ ਸਾਡੇ ਸਹਿਯੋਗੀ ਕੈਮਰਾਮੈਨ ਗੇ ਟਾਲੀ ਦੇ ਪੇੜ ਵਿੱਚ ਵੱਜਣ ਤੋਂ ਬਾਅਦ ਚ ਜਿਹੜੀ ਗੱਡੀ ਆ ਉਹ ਖੇਤਾਂ ਵਿੱਚ ਜਾ ਕੇ ਪਲਟ ਜਾਂਦੀ ਆ ਆਈ 20 ਗੱਡੀ ਦੱਸੀ ਜਾ ਰਹੀ ਹੈ ਦੇਖ ਰਹੇ ਹੋ ਤੁਸੀਂ ਕਿ ਆਈ 20 ਗੱਡੀ ਆ ਜਿਹੜੀ ਖੇਤਾਂ ਚ ਜਾ ਕੇ ਪਲਟ ਜਾਂਦੀ ਆ ਪਲਟ ਜਿਹੜੀ ਗੱਲ ਕਰੀਏ ਤੇ ਉਸ ਸਮਗਲਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਵਾ ਪਰ ਕੀ ਜਦ ਤਾ ਨੂੰ ਵੀ ਦੱਸ ਦਈਏ ਕਿ ਜਿਹੜਾ ਉਹ ਅਜਨਾਲਾ ਦੇ ਹੀ ਨਾਲ ਰਹਿਣ ਵਾਲੇ ਪਿੰਡ ਕਿ ਖਾਨਵਾਲ ਪਿੰਡ ਦੇ ਦੱਸਿਆ ਜਾ ਰਿਹਾ ਕਿ ਖਾਨਵਾਲ ਪਿੰਡ ਦਾ ਜਿਹੜਾ ਸੋਨੂ ਮਸੀਹ ਦੇ ਨਾਮ ਦਾ ਇੱਕ ਸਮਗਲਰ ਹੈ ਜੋ ਕਿ ਪਹਿਲਾਂ ਵੀ ਜੇ ਗੱਲ ਕਰੀਏ ਤੇ ਪਹਿਲਾਂ ਤੋਂ ਵੀ ਕਿ ਉਸ ਕੇਸ਼ਾਂ ਵਿੱਚ ਜਦ ਤੱਕ ਭਗੋੜਾ ਦੱਸਿਆ ਜਾ ਰਿਹਾ ਸੀਗਾ ਉਸ ਨੂੰ ਅੱਜ ਜਿਹੜਾ ਵਾ ਬੜੀ ਜਦੋਜਹਿਦ ਨਾਲ ਜੀਐਸਟੀਐਫ ਨੇ ਗੱਲ ਕਰੀਏ ਤੇ ਐਸਟੀਐਫ ਨੇ ਅੱਜ ਉਹਨੂੰ ਗ੍ਰਿਫਤਾਰ ਵਿੱਚ ਕਰਨ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਵਾ ਜਿਹੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਨਾਲ ਜੇ ਗੱਲ ਕਰੀਏ ਤੇ ਕਰੋੜਾ ਵੀ ਬਰਾਮਤ ਕੀਤੀ ਆ ਲਗਾਤਾਰ ਤੁਹਾਨੂੰ ਤਸਵੀਰਾਂ ਚ ਦਿਖਾ ਰਹੇ ਕਿ ਤੇ ਐਸਟੀਐਫ ਵੱਲੋਂ ਲਗਾਤਾਰ ਜੇ ਤਸਵੀਰ ਤੋਂ ਹੀ ਜੇ ਇਦਾਂ ਤਕਰੀਬਨ ਤਕਰੀਬਨ ਇਹ ਸਵੇਰ ਦੀ ਗੱਲ ਹੈ ਜਦੋਂ ਤੋਂ ਹੀ ਐਸਟੀਐਫ ਵੱਲੋਂ ਜਿਹੜਾ ਇਹ ਸਾਰਾ ਮਿਸ਼ਨ ਬਣਾਇਆ ਗਿਆ ਸੀਗਾ ਕਿ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਈ ਤੇ ਅੱਜ ਜਿਹੜਾ ਉਹ ਵੱਡਾ ਜਿਹੜਾ ਅੱਜ ਜਿਹੜਾ ਦੋਸ਼ੀ ਨੂੰ ਫੜ ਲਿਆ ਗਿਆ ਵਾ ਉਸ ਨੂੰ ਜਿਹੜੀ ਆ ਗੱਲ ਕਰੀਏ ਤੇ ਜੇ ਕਰੋੜਾਂ ਰੁਪਏ ਦੀ ਜਿਹੜੀ ਹੈਰੋਇਨ ਆ ਉਹ ਵੀ ਨਾਲ ਬਰਾਮਦ ਕਰ ਲਈ ਗਈ ਆ ਪਰ ਜੇ ਆਪਾਂ ਇੱਥੇ ਕਿਸੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਪਰ ਕਿਸੇ ਵੱਲੋਂ ਵੀ ਜਿਹੜੀ ਵਾਲੇ ਐਸਟੀਐਫ ਦੇ ਅਧਿਕਾਰੀਆਂ ਵੱਲੋਂ ਕੋਈ ਜਾਂਚ ਦੇ ਜਿਹੜਾ ਵਿਸ਼ਾ ਦੱਸਿਆ ਜਾ ਰਿਹਾ ਵਾ ਵਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਇਹ ਹੀ ਦੱਸਿਆ ਜਾ ਰਿਹਾ ਕਿ ਇੱਕ ਜਾਂਚ ਦਾ ਵਿਸ਼ਾ ਚੱਲ ਰਿਹਾ ਵਾ ਇਸ ਦੀ ਸਾਰੀ ਪੜਤਾਲ ਤੋਂ ਬਾਅਦ ਜਿਹੜੀ ਆ ਸਾਡੇ ਆਈਜੀ ਸਾਹਿਬ ਜਿਹੜੇ ਆ ਉਹ ਇੱਕ ਪ੍ਰੈਸ ਕਾਨ ਪਰ ਲਗਾਤਾਰ ਤਨੋਜ ਦਿਖਾ ਰਹੇ ਕਿ ਇੱਕ ਵੱਡੀ ਅੱਜ ਕਾਮਯਾਬੀ ਜਿਹੜੀ ਆ ਐਸਟੀਐਫ ਨੂੰ ਮਿਲੀ ਆ ਜਿਸ ਦੇ ਵਿੱਚ ਕੀ ਅੱਜ ਇੱਕ ਤਸਕਰ ਨੂੰ ਜੋ ਕਿ ਪਸ਼ੂ ਗੱਲ ਕਰੀਏ ਤੇ ਪਿਛਲੇ ਸਮੇਂ ਤੋਂ ਜਿਹੜਾ ਪਗੋੜਾ ਦੱਸਿਆ ਜਾ ਰਿਹਾ ਸੀਗਾ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਨਾਲ ਜੇ ਵੱਡੀ ਗੱਲ ਕਰੀਏ ਤੇ ਉਹ ਜਿਹੜਾ ਵਾ ਦੋਸ਼ੀ ਕੋਲ ਜਿਹੜੀ ਜਿਹ ਹੈਰੋਨ ਵੀ ਜਿਹੜੀ ਹੈ ਕਰੋੜਾ ਰੁਪਏ ਦੀ ਬਰામਹਤ ਕਰ ਲਈ ਗਈ ਹੈ ਨਾਲ ਤੁਹਾਨੂੰ ਤਸਵੀਰਾਂ ਚ ਲਗਾਤਾਰ ਸਾਨੂੰ ਸਾਡੇ ਸਹਾਇਕ ਕੈਮਰਾਮੈਨ ਦਿਖਾ ਰਹੇ ਨੇ ਕਿ ਕਿਸ ਤਰੀਕੇ ਨਾਲ ਇੱਕ ਜਿਹੜੀ ਆ i20 ਗੱਡੀ ਜਿਹੜੀ ਆ ਖੇਤਾਂ ਵਿੱਚ ਆਉਂਦੀ ਆ ਤੇ ਖੇਤਾਂ ਵਿੱਚ ਜਿਹੜੀ ਆ ਕਿਉਂਕਿ ਟਾਇਰ ਪੈਂਚਰ ਹੋਣ ਕਾਰਨ ਜਿਹੜੀ ਇੱਥੇ ਪਲਟ ਜਾਂਦੀ ਆ ਪਰ ਅੱਜ ਇਹ ਗੱਲ ਕਰੀਏ ਤੇ ਐਸਟੀਐਫ ਨੂੰ ਜਿਹੜਾ ਵੱਡੀ ਕਾਮਯਾਬੀ ਮਿਲੀ ਆ ਕਿਉਂਕ ਦੋਸ਼ੀ ਨੂੰ ਵੀ ਜਿਹੜਾ ਵਾ ਉਹ ਇੱਥੋਂ ਲਿਜਾਇਆ ਜਾਊਗਾ ਤੇ ਇਸ ਗੱਡੀ ਨੂੰ ਵੀ ਲਿਜਾਇਆ ਜਾਊਗਾ ਤੁਹਾਨੂੰ ਤਸਵੀਰਾਂ ਚ ਦਿਖਾ ਰਹੇ ਆ ਬਾਕੀ ਤੁਸੀਂ ਤੁਹਾਨੂੰ ਸਾਡੇ ਸਹਿਯੋਗੀ ਦਿਖਾ ਰਹੇ ਨੇ ਕੈਮਰਾਮੈਨ ਕਿ ਉਹ I20 ਗੱਡੀ ਆ ਅਸੀਂ ਕੋਲ ਕੋਸ਼ਿਸ਼ ਕਰਾਂਗੇ ਕੋਲ ਜਾਣ ਦੀ ਤੁਸੀਂ ਦੇਖ ਰਹੇ ਹੋ ਕਿ I20 ਗੱਡੀ ਦੇ ਜੇ ਉਹ ਉਸਦੀ ਵੀ ਗੱਲ ਕਰੀਏ ਦੋਸ਼ੀ ਦੀ ਵੀ ਤੇ ਉਹਨੂੰ ਵੀ ਜਿਹੜਾ ਸਮਗਲਰ ਹੈ ਉਸ ਨੂੰ ਇਸਦੇ 에어ਬੈਗ ਖੁੱਲਣ ਨਾਲ ਉਸਦੀ ਸੇਫਟੀ ਹੋ ਗਈ ਆ ਉਸ ਨੂੰ ਵੀ ਜਿਹੜਾ ਕਿ ਉਸਦਾ ਜਾਨ ਤੋਂ ਬਚ ਚੁੱਕਿਆ ਵਾ ਉਹਦੀ ਕਿਸੇ ਤਰ੍ਹਾਂ ਦਾ ਉਹਨੂੰ ਨੁਕਸਾਨ ਨਹੀਂ ਹੋਇਆ ਕਿਉਂਕਿ ਜਦੋਂ ਗੱਡੀ ਪਲਟਦੀ ਆ ਤਾਂ ਇਸਦੇ 에어ਬੈਗ ਖੁੱਲ ਜਾਂਦੇ ਨੇ 에어ਬੈਗ ਖੁੱਲਣ ਦੇ ਨਾਲ ਹੀ ਜਿਹੜੀ ਆ ਉਹਦੀ ਜਾਨ ਬਚ ਜਾਂਦੀ ਆ ਪਰ ਤੁਹਾਨੂੰ ਦਿਖਾਵਾਂਗੇ ਲੱਗੂ ਕਿ ਇਹਦੀ ਕੀ ਹਾਲਾਤ ਨੇ ਗੱਡੀ ਗੱਡੀ ਚਾਰੇ ਪਾਸਿਓਂ ਟੁੱਟ ਚੁੱਕੀ ਆ ਚਾਰੇ ਪਾਸਿਓਂ ਜਿਹੜੀ ਗੱਡੀ ਆ ਟੋਟਲ ਲੌਸਟ तकरीबन ਤੁਸੀਂ ਕਹਿ ਸਕਦੇ ਹੋ ਤੇ ਜਦੋਂ ਕਿ ਪਹਿਲਾਂ ਉਹ ਪੇੜ 'ਚ ਵੱਜੀ ਆ ਦਰਖਤ ਵੱਜਣ ਤੋਂ ਬਾਅਦ 'ਚ ਜਿਹੜੀ ਗੱਡੀ ਆ ਖੇਤਾਂ ਵਿੱਚ ਜਾ ਕੇ ਪਲਟ ਜਾਂਦੀ ਆ ਕਿਉਂਕਿ ਉਹਦੇ ਟਾਇਰ ਵਿੱਚ ਗੋਲੀ ਲੱਗਣ ਨਾਲ ਜਿਹੜਾ ਟਾਇਰ ਪੈਂਚਰ ਹੋ ਚੁੱਕਾ ਸੀ ਉਸ ਨਾਲ ਕਾਫੀ ਲੰਮੀ ਦੌੜ ਕਰਨ ਤੋਂ ਬਾਅਦ ਜਿਹੜੀ ਗੱਡੀ ਜਾ ਕੇ ਇੱਥੇ ਪਲਟਦੀ ਆ ਤੇ ਜਿਹੜੀ ਆ ਗੱਡੀ ਪਲਟਣ ਤੋਂ ਬਾਅਦ 'ਚ ਜਿਹੜਾ ਵਾ ਉਹ ਦੋਸ਼ੀ ਨੂੰ ਜਿਹੜਾ ਵਾ ਸਮਗਲਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵਾ ਐਸਟੀਐਫ ਵੱਲੋਂ ਬਾਕੀ ਲੱਭਦਾ ਦਿਖਾ ਰਿਹਾ ਕਿ ਐਸਟੀਐਫ ਫੋਲੋ ਜਿਹੜੀ ਅੱਜ ਵੱਡੀ ਕਾਮਯਾਬੀ ਮਿਲੀ ਆ ਕਰੋੜਾਂ ਰੁਪਏ ਦੀ ਹੀਰੋਇਨ ਬਰਾਮਦ ਕੀਤੀ ਆ ਨਾਲ ਹੀ ਜੇ ਗੱਲ ਕਰੀਏ ਤੇ ਇਹ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਵਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਦੀ ਪਾਲ ਸੀਗੀ ਕਿਉਂਕਿ ਇਹ ਲਗਾਤਾਰ ਜਿਹੜੇ ਇਹਨਾਂ ਕੋ ਪਹਿਲਾਂ ਵੀ ਜੜੇ ਤੇ ਕੇਸ ਚੱਲ ਰਹੇ ਸੀ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ 'ਚ ਐਸਟੀਐਫ ਫੋਲੋ ਕੀ ਕਾਰਵਾਈ ਕੀਤੀ ਜਾਂਦੀ ਆ ਤੇ ਜਿਹੜਾ ਕੀ ਜਿਹੜੀ ਰਿਕਵਰੀ ਕਿੰਨੀ ਰਿਕਵਰੀ ਹੁੰਦੀ ਆ ਉਹ ਵੀ ਸਾਹਮਣੇ ਆਏਗੀ ਬਾਕੀ ਤੁਸੀਂ ਜੁੜੇ ਰਹੋ ਜੀ ਪ੍ਰਾਈਮੋ ਦੇ ਨਾਲ ਤੁਹਾਨੂੰ ਨਵੀਆਂ ਨਵੀਆਂ ਅਪਡੇਟਸ